ਤੇ ਗਾਈਜ਼ ਕਣਕ ਵੱਢਣ ਵਾਲਾ ਵੀਰ ਆ ਗਿਆ ਵਾ। ਗਾਈਜ਼ ਚਲੋ ਮਿਸਤਰੀ ਨੂੰ ਕਈਆਂ ਲੈ ਦਿੰਦੇ ਘਰੋਂ। ਤੇ ਗਾਈਜ਼ ਆਪਣੀ ਇੱਟਾਂ ਵੀ ਆ ਗਈਆਂ ਵਾ। ਹੈਲੋ ਗਾਈਜ਼, ਵੈਲਕਮ ਬੈਕ ਟੂ ਨਿਊ ਵਲੌਗ। ਤੇ ਗਾਈਜ਼ ਜਿੱਦਾਂ ਕਿ ਤੁਸੀਂ ਪਿਛਲੇ ਰੋਜ਼ ਵੇਖਿਆ, ਆਪਾਂ ਸਰਵਿਸ ਸਟੇਸ਼ਨ ਬਣਾਉਣਾ ਵਾ। ਮਿਸਤਰੀ ਆਇਆ ਨਹੀਂ ਸੀਗਾ ਪਰਸੋਂ, ਅਤੇ ਕੱਲ੍ਹ ਆਇਆ ਸੀਗਾ ਸ਼ਾਮਾਂ ਨੂੰ। ਉਹਦੇ ਨਾਲ ਗੱਲਬਾਤ ਹੋ ਗਈ ਮਿਸਤਰੀ ਨਾਲ, ਕਲਿੱਪ ਪਾ ਦੂੰਗਾ। ਅਤੇ ਮਿਸਤਰੀ ਹੁਣ ਕੱਲ੍ਹ ਤੋਂ ਲੱਗੂਗਾ ਕੰਮ ਕਰਨ। ਅੱਜ ਕਣਕ ਕੁਣਕ ਵੱਢਦੇ ਹਾਂ। ਉਹ ਵੀ ਕਣਕ ਵੱਢਣ ਵਾਲੇ ਆਇਆ ਵਾ ਉੱਥੇ, ਅਤੇ ਆਹ ਫੀਤਾ ਖੜਦੇ ਹਾਂ, ਮਾਰਦੇ ਮਿੰਤੀ ਉੱਥੇ ਫਿਰ ਚੱਲ ਕੇ। ਮਿਸਤਰੀ ਤੇ ਆ ਗਿਆ ਵਾ, ਅੱਜ ਸ਼ਾਮਾਂ ਨੂੰ ਆਇਆ। ਅਤੇ ਕਹਿੰਦੇ ਆਪਣੇ ਕਣਕ ਵੱਢਣ ਵਾਲਾ ਵੀਰ ਤੇ ਆ ਗਿਆ ਵਾ। ਆ ਵੀਰ ਕੰਮ ਸਾਰਾ ਸੈੱਟ ਕਰ ਦੂਗਾ ਕਣਕ ਦਾ। ਆਪਣੀ ਜਗ੍ਹਾ ਆਲ ਡਨ, ਅਤੇ ਦੋ ਫੇਰੇ ਲਾ ਤੇ ਟਰੈਕਟਰ ਦੇ, ਨਹੀਂ ਮੁੜ ਜਾਣਾ ਉੱਦਾਂ ਹੀ ਕੋਈ ਨਹੀਂ। ਅਤੇ ਮਿਸਤਰੀ ਵੀ ਆ ਗਿਆ ਵਾ, ਇੱਟਾਂ ਤਾਂ ਆਪਣੀ ਆਉਣ ਹੀ ਲੱਗੀਆਂ। ਕਰਤਾ ਫੋਨ ਇੱਟਾਂ ਵਾਲੇ ਨੂੰ, ਉਹ ਲਿਆਊਗਾ ਇੱਟਾਂ। ਹੁਣ ਮਿਸਤਰੀ ਫਿਰ ਦਿਆ ਮਿਣਤੀ ਮਾਰਨ, ਆਹ ਵਾਲੀ ਜਗ੍ਹਾ ਆਪਣੀ ਸਾਰੀ ਪਏ ਦੇਖ ਲਓ ਕੇ ਦਿਖਾਉਣਾ ਤੁਹਾਨੂੰ, ਫਿਰ ਵਧੀਆ ਦੇਖੂਗਾ। ਹੈਲੋ, ਠੀਕ ਗਾਈਜ਼ ਚਲੋ ਮਿਸਤਰੀ ਨੂੰ ਕਈਆਂ ਲੈ ਕੇ ਦਿੰਦੇ ਘਰੋਂ, ਦੋ ਕਈਆਂ ਲੈ ਕੇ ਦਿੰਦੇ ਹਾਂ। ਕਈ ਤਾਂ ਉਹ ਪਈ ਸਾਹਮਣੇ ਉੱਥੇ, ਇੱਕ ਆ ਅਤੇ ਇੱਕ ਹੋਰ ਚਾਹੀਦੀ ਆ। ਬਸ ਆਪਣੇ ਜਿਹੜਾ ਕਣਕ ਕੁਣਕ ਆਪਾਂ ਸਾਰੀ ਕੱਟਤੀ ਆ, ਜਗ੍ਹਾ ਆਪਣੀ ਵਾਧੂ ਬਣ ਗਈ। ਅਤੇ ਚਲੋ ਚੱਕਦੇ ਹਾਂ, ਕਈ ਆਪਾਂ ਚੱਕ ਲਈ ਆ, ਅਤੇ ਇੱਥੋਂ ਇੱਕੋ ਚੱਕੀ ਆ, ਇੱਕ ਹੋਰ ਚੱਕ ਲੈਂਦੇ ਹਾਂ, ਦੋ ਚੱਕ ਕੇ ਅਤੇ ਖੜਦੇ ਹਾਂ ਉੱਥੇ। ਅਤੇ ਕਹਿੰਦੇ ਆਪਾਂ ਕਈ ਵੀ ਇੱਥੇ ਰੱਖਤੀ ਆ, ਅਤੇ ਹੁਣ ਮਿਸਤਰੀ ਆਪੇ ਆਪਣਾ ਕੰਮ ਸ਼ੁਰੂ ਕਰੂਗਾ ਹੌਲੀ ਹੌਲੀ। ਇਹ ਕਹਿੰਦੇ ਆਪਣੀ ਇੱਟਾਂ ਵੀ ਆ ਗਈਆਂ ਵਾ, ਅਤੇ ਇੱਟਾਂ ਤੇ ਰੇੜੇ ਤੇ ਛੱਡ ਕੇ ਚੱਲ ਗਿਆ ਇੱਟਾਂ ਵਾਲਾ। ਅਤੇ ਹਜੇ ਸ਼ਾਮਾਂ ਨੂੰ ਥੋੜ੍ਹੀਆਂ ਹੋਰ ਇੱਟਾਂ ਮੰਗਾਵਾਂਗੇ, ਅਤੇ ਚੱਲਦੇ ਹਾਂ ਆਪਾਂ ਲਾਗੇ ਉਹਦੇ ਮਿਸਤਰੀ ਦੇ। ਹੁਣ ਬਹੁਤ ਸਾਰੇ ਟੋਬਾ ਟੋਬਾ ਪੁੱਟਣ ਦਾ ਆ, ਵਿੱਚ ਪਾਣੀ ਖਿਲਾਰਨਾ ਜਿਹੜਾ ਇੱਟਾਂ ਉੱਟਾਂ ਨੂੰ ਪਾਉਣਾ ਪਾਣੀ ਉਹ ਵਾਲਾ, ਅਤੇ ਉਹ ਤੋਂ ਬਾਅਦ ਨੀਹਾਂ ਪੁੱਟਾਂਗੇ, ਅਤੇ ਫਿਰ ਸਵੇਰੇ ਨੀਹਾਂ ਰੱਖ ਕੇ ਅਤੇ ਕੰਮ ਸ਼ੁਰੂ ਕਰਾਂਗੇ। ਅਤੇ ਹਜੇ ਤੱਕ ਤਾਂ ਆਪਣੀ ਫਿਰ ਲਾਈਟ ਨਹੀਂ ਆਈ ਮੋਟਰਾਂ ਵਾਲੀ, ਅੱਜ ਹਜੇ ਥੋੜ੍ਹੇ ਜਿਹੇ ਰਹਿ ਗਏ ਚਿਕੰਦਰ ਭਰਨ ਵਾਲੇ, ਉਹ ਵੀ ਭਰਨੇ ਆ।
ਤੇ ਗਾਈਸ ਲਾਈਟ ਵੀ ਆ ਗਈ ਆ ਮੋਟਰ ਵਾਲੀ, ਤੇ ਉੱਥੇ ਹੁਣ ਦਾਤਾ ਜੀ ਜਾਣਗੇ ਭਰਨਾ। ਅੱਜ ਮੈਂ ਤਾਂ ਇੱਥੇ ਰਹੂੰਗਾ ਮਿਸਤਰੀ ਲਾਗੇ, ਬਸ ਇਹਨਾਂ ਨੂੰ ਤਰਪਾਲ ਤਰਪੂਲ ਲੈ ਕੇ ਦੇਤੀ ਆ। ਔਰ ਸਾਹਮਣੇ ਤਰਪਾਲ ਪਈ, ਇੱਥੇ ਪਾ ਕੇ ਟੋਏ 'ਚ ਅਤੇ ਪਾਣੀ ਭਰ ਲੈਣਗੇ ਜਿਹੜਾ ਉੱਥੇ ਪਾਉਣਾ ਵਾ ਇੱਟਾਂ ਉੱਟਾਂ 'ਤੇ ਜਾਂ ਹੋਰ ਮਸਾਲਾ ਮਸੂਲਾ ਬਣਾਉਣਾ ਜਿਹੜਾ ਸੀਮਟ ਵਾਲਾ ਆ ਟੋਆ ਵਾ। ਅਤੇ ਉੱਧਰ ਬਸ ਇੱਕ ਮੂੰਹ ਆ ਜਾਂ ਬੰਨਣ ਵਾਲਾ ਉਹ ਬੰਨਣ ਦੇ ਆ, ਅਤੇ ਉਹ ਦਾਦਾ ਜੀ ਚੱਲੇ ਅਤੇ ਉਹ ਜਾ ਕੇ ਮੁੜ ਕੇ ਛੱਡਣਗੇ ਮੋਟਰ ਅਤੇ ਭਰਾਂਗੇ ਪਾਣੀ ਵਿੱਚ ਟੋਏ 'ਚ। ਟੋਆ ਭਰਨ ਦੀ ਤਿਆਰੀ ਆ ਹੁਣ, ਇੱਕ ਮਿੰਟ ਹੁਣ ਲੰਘ ਦੋ ਗੱਡੀ ਦੇ ਵਿਚਕਾਰੇ ਜਾਣੀ ਬਸ ਹੁਣ ਤਰਪਾਲ ਮਿਸਤਰੀ ਆਪੇ ਕਰੂਗਾ ਸੈੱਟ ਟੋਏ ਜਾ। ਇਹ ਗਾਈਸ ਆਪਾਂ ਮੋਟਰ ਵੀ ਛੱਡਤੀ ਸੀ, ਹੁਣ ਆ ਸਿੱਧਾ ਪਾਣੀ ਉੱਤਰ ਜਾਊਗਾ ਦੂਜੇ ਪੈਰ ਜੀ, ਉੱਥੇ ਆਪਾਂ ਸਰਵਿਸ ਸਟੇਸ਼ਨ ਖੋਲ੍ਹਣਾ ਵਾ ਟੋਏ 'ਚ। ਕਹਿੰਦੇ ਆਪਣੀਆਂ ਇੱਟਾਂ ਦੇ ਹੋਰ ਆ ਗਿਆ ਵਾ, ਤੇ ਪਾਣੀ ਵੀ ਹਜੇ ਆ ਗਿਆ ਇੱਕ ਗਾਈ ਦਾਲ ਸੈੱਟ ਆ, ਤਰਪਾਲ ਵੀ ਇਹਨਾਂ ਨੇ ਸੈੱਟ ਕਰ ਲਈ ਆ, ਘੋੜਾ ਆਪਣਾ ਇੱਕ ਹੋਰ ਆ ਗਿਆ ਇੱਟਾਂ ਦਾ, ਅਤੇ ਆ ਬਸ ਨੀਹਾਂ ਦੀ ਤਿਆਰੀਆਂ ਹੋਣ ਲੱਗ ਪਈਆਂ। ਮੈਂ ਚਾਹ ਲੈਣ ਆਇਆ ਸੀਗਾ ਘਰੇ ਇੱਟਾਂ ਵਾਲਿਆਂ ਦੀ, ਤੇ ਆਪਣੇ ਚਾਰ ਰੇੜੇ ਆ ਗਏ ਸੀ ਪਹਿਲਾਂ, ਦੋ ਪਹਿਲਾਂ ਆ ਗਏ ਇੱਟਾਂ ਦੇ, ਦੋ ਹੁਣ ਇੱਕ ਘੜੁੱਕਾ ਆਇਆ ਇੱਟਾਂ ਵਾਲਾ, ਚੱਲਦਿਆਂ ਲੱਗ ਗਏ ਆਪਾਂ। ਹੁਣ ਬਸ ਅਜੇ ਦੋ ਕੰਮ ਰਹਿ ਗਏ ਆਪਣੇ, ਰੇਤਾ ਸੀਮਟ ਅਤੇ ਬਜਰੀ ਸਟਾਉਣੀ ਆ, ਉਹ ਵੀ ਹੁਣ ਘੜੁੱਕਾ ਰੇਤਾ ਵਾਲਾ ਮੰਗਾਵਾਂਗੇ। ਅਤੇ ਕਹਿੰਦੇ ਆਪਾਂ ਚਾਹ ਵੀ ਦੇਤੀ ਆ, ਅਤੇ ਇੱਧਰ ਟੋਆ ਵੀ ਭਰ ਗਿਆ। ਸਤਿ ਸ਼੍ਰੀ ਅਕਾਲ ਵੀਰ ਜੀ, ਆਪਾਂ ਆਏ ਹਾਂ ਇੱਧਰ ਤਰਨ ਤੇ, ਹੁਣ ਵਲੋਗਰ ਆ ਇੱਥੋਂ ਦੇ ਕੰਗ ਪਿੰਡ ਦੇ ਆ, ਅਤੇ ਉਹਨਾਂ ਨੂੰ ਮਿਲਣ ਆਏ ਹਾਂ, ਅਤੇ ਉਹਨਾਂ ਦਾ ਵੇਹਨੇ ਹਾਂ ਕਿ ਕਿੱਦਾਂ ਵਾ ਹੁਣ ਗਾੜੀ, ਉਹਨਾਂ ਦਾ ਇੰਟਰੋ ਲੈਣੀ ਉਹਨਾਂ ਦੀ ਆਪਾਂ, ਕਿੱਦਾਂ ਉਹਨਾਂ ਦਾ ਨੇਚਰ ਆ ਅਤੇ ਕਿੱਦਾਂ ਦੇ ਆ ਵੀਰ ਜੀ ਆਉਂਦੇ ਜੇ। ਅਤੇ ਗਾਈ ਦਾਵੇ ਵੀਰ ਮਿਲਣ ਆਏ ਆਪਾਂ ਨੂੰ, ਅਤੇ ਚੱਲ ਕੇ ਮਿਲਦੇ ਹਾਂ। ਆਹ ਵੀਰ ਵੀ ਵਲੋਗਿੰਗ ਕਰਦਾ। ਹੋਰ ਵੀਰ ਜੀ ਵਧੀਆ ਜੀ, ਵਧੀਆ ਕੀ ਹਾਲ ਜੀ? ਵਧੀਆ, ਮੁੰਡੇ ਡੇ ਕਹਿਣਾ ਉਹਨੇ ਮਿਲਣਾ ਭਾਈ ਨੂੰ, ਮੈਂ ਆ ਜੇ ਲੋਕ ਕੈਮ ਆ ਕੈਮ ਕੈਮ ਕੀ ਬਣੀ ਜਾਂਦਾ ਲੋਕ, ਮੈਂ ਇੱਧਰ ਵੀ ਵਲੋਗ ਬਣਾਈ ਜਾਂਦਾ ਅਤੇ ਉੱਧਰ ਬਣੀ ਜਾਂਦਾ, ਇੱਧਰ ਸ਼ੂਟ ਦੋਵੇਂ ਪਾਸੇ ਸ਼ੂਟ ਚੱਲ, ਦੋਵੇਂ ਪਾਸੇ ਚੱਲੂਗਾ। ਚੱਲ ਵਧੀਆ, ਫਿਰ ਤਾਂ ਚੱਲਣ ਦੇ ਦੋਵੇਂ ਪਾਸੇ ਅੱਡੇ ਪਾਵਾਂਗੇ ਟੈਗ ਕਰਕੇ। ਨਹੀਂ ਵਧੀਆ ਜੀ, ਵਧੀਆ ਵਧੀਆ।
ਕੈਮ ਕੈਮ ਕੀ ਬਣੀ ਜਾਂਦਾ ਲੋਗ ਵੀਰ ਆਪਾਂ ਨੂੰ ਮਿਲ ਕੇ ਤੇ ਚੱਲ ਗਿਆ ਤੇ ਗਾਈ ਤੇ ਹੁਣ ਆਪਾਂ ਚੱਕੀ ਤੇ ਆਏ ਆ ਚੌਲ ਲੈਣ ਚੌਲ ਛੁਡਾਉਣ ਨੂੰ ਦਿੱਤੇ ਸੀਗੇ ਤੇ ਚਲੋ ਚੱਲਦੇ ਘਰੇ ਤੇ ਗਾਈ ਤੇ ਆਪਾਂ ਘਰੇ ਤੇ ਆ ਗਏ ਆ ਤੇ ਵਾਲ ਖਰਾਬ ਹੋ ਗਏ ਥੋੜੀ ਹਵਾ ਨਾਲ ਤੇ ਹੁਣ ਆਪਾਂ ਸ਼ਾਮਾਂ ਨੂੰ ਥੋੜ੍ਹੀ ਦੇਰ ਤੱਕ ਸੁਲਤਾਨਪੁਰ ਜਾਵਾਂਗੇ ਪਵਾਉਣਾ ਕੋ ਅਤੇ ਚਲੋ ਚੱਲਦੇ ਹਾਂ ਫਿਰ ਸ਼ਾਮਾਂ ਨੂੰ ਠੀਕ ਆ ਜੀ ਚਲੋ ਚੱਲਦੇ ਆਪਾਂ ਭੂਆ ਕੋ ਸੁਲਤਾਨਪੁਰ ਲੋਧੀ ਮੈਂ ਤਾਂ ਤਿਆਰ ਹੋ ਗਿਆ ਹੈਗਾ ਚਲੋ ਗਾਈ ਚੱਲਦੇ ਹਾਂ ਆਪਾਂ ਭੂਆ ਘਰ ਤੇ ਆ ਗਏ ਆ ਇੱਥੇ ਲਾ ਤੀ ਗਈ ਗੱਡੀ ਤੇ ਆ ਭੂਆ ਦਾ ਘਰ ਆ ਠੀਕ ਆ ਜੀ ਚਲੋ ਘੁੰਮ ਫਿਰ ਕੇ ਆਉਂਦੇ ਕਿਤੇ ਮੈਂ ਚਲੋ ਇਹਨਾਂ ਦਾ ਪਿੰਡ ਵੇਖਦੇ ਹਾਂ ਨਾਲੇ ਘੁੰਮ ਕੇ ਆਵਾਂਗੇ ਗਾਈਸ ਸ਼ਾਮਾਂ ਦਾ ਵਿਊ ਉਹ ਵੀ ਸਕੂਟਰੀ ਦੇ ਮਜ਼ਾ ਹੀ ਵੱਖਰਾ ਵਾ ਘੁੰਮਣ ਦਾ ਉਹ ਵੀ ਨਵਾਂ ਪਿੰਡ ਹੋਵੇ ਬਾਈ ਘੁੰਮਣ ਨੂੰ ਚਲੋ ਗਾਈਸ ਇੱਥੇ ਕਰਦੇ ਹਾਂ ਵਲੋਗ ਖਤਮ ਜੇ ਵਾਲਾ ਵਲੋਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਰਿਓ ਅਤੇ ਹੋਰ ਨਵੇਂ ਨਵੇਂ ਵਧੀਆ ਵਧੀਆ ਵਲੋਗ ਵੇਖਣ ਲਈ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਵਲੋਗ ਓਕੇ ਬਾਏ ਗਾਈਸ ਗਾਈਸ ਆਪਾਂ ਭੂਆ ਘਰ 'ਤੇ ਆ ਗਏ ਹਾਂ